Auzu billahi mineşşeytanirracim. Bismillahirrahmanirrahim. Assalamu alaikum ji. Sare sunao theek thaak ho? Aaj main apna routine ch dairy farming wala ja mera kaam hai shubha hai main oh sara kaam final karke oh wapas aaya hai te apne bachiyan ki taiyar shar karwaya hai khana khada hai aaj main apne bachche ki laake chalya hu tuhanu routine apni routine wali life vi share kar leya ਆਪਣੇ ਬੱਚਿਆਂ ਕੀ ਮੈਂ ਲੈ ਕੇ ਚੱਲਿਆ ਟਿਊਸ਼ਨ ਵਸੀਂ ਕਿਉਂਕਿ ਟਿਊਸ਼ਨ ਵਿੱਚ ਇਹਨਾਂ ਦੀ ਤਾਲੀਮ ਲਾਜ਼ਮੀ ਸੀ ਬੜਾ ਮੁਸ਼ਕਿਲ ਹੋਇਆ ਸਾਡੇ ਮੁਲਕ ਨੇ ਹਾਲਾਤ ਬੜੇ ਸਾਰੇ ਟਾਈਟ ਹੋਏ ਜੇ ਵਾਇਰਸ ਹੈ ਵਾਇਰਸ ਹੋਏ ਦੀ ਸਾਡੇ ਬੱਚੇ ਬੜੇ ਪਿੱਛੇ ਜਾਣ ਲੱਗੇ ਕਾਫੀ ਟਾਈਮ ਦੀ ਮੇਰੇ ਹਾਲ ਫਰਵਰੀ ਦੀ ਲਾਕਡਾਊਨ ਸ਼ੁਰੂ ਹੋ ਗਿਆ ਸੀ ਇਸ ਤਰ੍ਹਾਂ ਦਾ ਮਾਮਲਾ ਸੀ ਅਤੇ ਸਕੂਲ ਬੰਦ ਨੇ ਬੱਚੇ ਪੜ੍ਹ ਹੀ ਨਹੀਂ ਸਕਣੇ ਪਏ ਘਰਾਂ ਵਿੱਚ ਉਹ ਰੂਟੀਨ ਨਾਲ ਨਹੀਂ ਪੜ੍ਹ ਸਕਣੇ ਜਿਹੜੇ ਕਹਿੰਦੇ ਸਕੂਲ 'ਚ ਪੜ੍ਹਨਾ ਹੋਣਾ ਪ੍ਰੋਪਰ ਅਸੀਂ ਫੀਸਾਂ ਪੇ ਕਰਨੇ ਆ ਬੇ ਤਾਂ ਕਿ ਬੱਚਿਆਂ ਦਾ ਹੋਰ ਨਿਜ਼ਾਮ ਚੱਲਣਾ ਰਹੇ ਤਾਲੀਮ ਵਿੱਚ ਬੜੀ ਪਰੇਸ਼ਾਨੀ ਬਣੀ ਇਹਨਾਂ ਅਸੀਂ ਮੈਂ ਤੁਹਾਨੂੰ ਆਪਣੇ ਬੱਚੇ ਵੀ ਦੱਸਣ ਨਾਲ ਕਿ ਮਾਸ਼ਾਅੱਲਾ ਚੱਲ ਅਲਹਮਦੁਲਿਲਾ ਬੜੇ ਐਕਟਿਵ ਹਨ ਤਾਲੀਮ ਇਹਨਾਂ ਦੀ ਸਹੀ ਜਾ ਰਹੀ ਹੈ ਪੜ੍ਹਾਈ ਸਹੀ ਕਰਨੇ ਪਏ ਲੇਕਿਨ ਅਗਰ ਮੇਰੀ ਰੂਟੀਨ ਹੈ ਬਣੀ ਸੀ ਮੈਂ ਇਹਨਾਂ ਕੀ ਲੈ ਕੇ ਜਾਣਾ ਸਕੂਲ ਸੁਬਾ ਜਾਣਾ ਮੈਂ ਇਹਨਾਂ ਕੀ ਛੋੜਨਾ ਨਾ ਸਕੂਲ ਜਾਣਾ ਅਲਹਮਦੁਲਿਲਾ ਅੱਲਾ ਜੀ ਦਾ ਸ਼ੁਕਰ ਹੈ ਛੇ ਕਲਮੇ ਪੜ੍ਹਨੇ ਜਾਣੇ ਚਵੇ ਪੁੱਲ ਪੜ੍ਹਨੇ ਜਾਣਾ ਰੂਟੀਨ ਇਹਨਾਂ ਪੱਕੀ ਬਣੀ ਸੀ ਅਤੇ ਜਦੋਂ ਰੂਟੀਨ ਬਣੀ ਸੀ ਲੇਕਿਨ ਹੋਣ ਕੀ ਹੋਇਆ ਉਹ ਇਹਨਾਂ ਦਾ ਮਾਮਲਾ ਇਸ ਤਰ੍ਹਾਂ ਹੋਇਆ ਕਿ ਆ ਕੇ ਮੇਰਾ ਬੇਟਾ ਬਾਬਾ ਕੀ ਇਹ ਮੇਰੀ ਸ਼ਹਿਜ਼ਾਦੀ ਬੇਟੀ ਹੈ ਜੀ ਉਹ ਮਹਿਮਾ ਹਾਨੀ ਇਹ ਮੇਰੀ ਸ਼ਹਿਜ਼ਾਦੀ ਬੇਟੀ ਅੱਲਾ ਜੀ ਅੱਲਾ ਜੀ ਨੇ ਸ਼ੁਕਰ ਹੈ ਬੇਟੀਆਂ ਜੀ ਨਿਮਤ ਕੋਈ ਵੀ ਨਹੀਂ ਇਹ ਮੇਰੀ ਜਾਨ ਹੈ ਗੱਲ ਮੈਂ ਲੱਗਿਆ ਸਰ ਕਰਨ ਕਿ ਰੂਟੀਨ ਸਾਡੀ ਬਣੀ ਸੀ ਬੜੀ ਪੱਕੀ ਅੱਲਾ ਜੀ ਨੇ ਸ਼ੁਕਰ ਹੈ ਅਲਹਮਦੁਲਿਲਾ ਬੱਚੇ ਜਾ ਰਹੇ ਸਨ ਸਕੂਲ ਜਾਣੇ ਦੀ ਪਹਿਲਾਂ ਕਲਮੇ ਪੜ੍ਹਨੇ ਰੂਟੀਨ ਕਰਦੇ ਅਤੇ ਵਾਪਸ ਆ ਕੇ ਸਕੂਲ ਵਾਪਸ ਆ ਕੇ ਰੈਸਟ ਕਰਨੇ ਖਾਣਾ ਖਾਣੇ ਟਿਊਸ਼ਨ ਵੀ ਉਸ ਵੇਲੇ ਜ਼ਰੂਰਤ ਨਹੀਂ ਸੀ ਕਿਉਂਕਿ ਘਰ ਅਲਹਮਦੁਲਿਲਾ ਸਹੀ ਪੜ੍ਹਨੇ ਸਨ ਹੁਣ ਕੀ ਬਣ ਗਿਆ ਸੀ ਫਿਰ ਰਾਤੀ ਚਲੋ ਸਪਾਰਾ ਪੜ੍ਹਨਾ ਮਜ਼ੇ ਜਾ ਕੇ ਹੁਣ ਜੇ ਅਸੀਂ ਅੱਲਾ ਇਹ ਕਰੀਏ ਬਿਮਾਰੀ ਆ ਗਈ ਹੁਣ ਸਹੀ ਤਾਂ ਪੜ੍ਹਾਈ ਨਹੀਂ ਕਰ ਸਕਦੇ ਹੁਣ ਲੇਕਿਨ ਫਿਰ ਵੀ ਜੋ ਕੁਛ ਵੀ ਹੈ ਮੈਂ ਤੁਹਾਨੂੰ ਆਪਣੇ ਬੱਚੇ ਨਾਲ ਵੀ ਮੁਲਾਕਾਤ ਕਰਾਉਣਾ ਇਹ ਦੇਖੋ ਜੀ ਮਾਸ਼ਾ ਅੱਲਾ ਇਹ ਮੇਰੀ ਬੇਟੀ ਸ਼ੀਮਾ ਇਹ ਮੇਰੀ ਬੇਟੀ ਜੀ ਸ਼ੀਮਾ ਨੀਸਾ ਫਜਰ ਇਹ ਸ਼ੀਮਾ ਇਹ ਤਾਂ ਦੇਖੋ ਉੱਪਰ ਉੱਪਰ ਦੇਖੋ ਮੇਰੇ ਬੇਟਾ ਇਹ ਥੋੜ੍ਹੀ ਜਿਹੀ ਨਾਰਾਜ਼ ਹੀ ਹੋਈ ਹੈ ਮੇਰੀ ਬੇਟੀ ਕਹਿ ਰਹੀ ਹੈ ਬਾਬਾ ਇਹ ਕਿਆ ਬਾਤ ਹੋਈ ਇਹ ਦੇਖ ਸ਼ੀਮਾ ਇਹ ਦੇਖੋ ਚਲੋ ਠੀਕ ਹੈ ਇਹ ਮੇਰੀ ਬੇਟੀ ਸ਼ੀਮਾ ਜੀ ਔਰ ਇੱਧਰ ਦੇਖੇ ਇਹ ਮੇਰਾ ਬੇਟਾ ਮੁਹੰਮਦ ਅਬਦੁਲ ਕੁਦੂਸ ਅਸਲਾਮ ਅਲੈਕਮ ਕਰੋ ਜੀ ਅਸਲਾਮ ਅਲੈਕਮ ਪੁੱਛੋ ਸਾਰੇ ਠੀਕ ਠਾਕ ਹੋ ਆਪ ਸਾਰੇ ਠੀਕ ਠਾਕ ਹੋ ਹਾਂ ਜੀ ਇਹ ਮਾਸ਼ਾਅੱਲਾ ਸੇ ਮੇਰਾ ਬੜਾ ਪਿਆਰਾ ਬੇਟਾ ਹੈ ਲੇਕਿਨ ਫਿਰ ਵੀ ਜੋ ਕੁਛ ਵੀ ਹੈ ਬੇਟੇ ਦੇ ਬੇਟੇ ਹੀ ਹੋਣੇ ਬੇਟੇ ਆਪਣੇ ਬਾਬਾ ਦਾ ਸਹਾਰਾ ਬਣਨੇ ਲੇਕਿਨ ਬੇਟੀਆਂ ਦੀ ਨਿਮਤ ਕੋਈ ਵੀ ਨਹੀਂ ਉਹ ਮਹਿਮਾ ਇਹ ਦੇਖੋ ਨਾ ਸਭ ਸਾਹਮਣੇ ਦੇਖੋ ਅੱਲਾ ਜੀ ਨੇ ਸ਼ੁਕਰ ਜੀ ਤੁਸੀਂ ਸਾਰੇ ਸੁਣਾਓ ਠੀਕ ਠਾਕ ਹੋ ਮੇਰੇ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਲਾਜ਼ਮੀ ਹੈ ਤੇ ਨੈਕਸਟ ਵੀਡੀਓ ਜੀ ਅਸੀਂ ਕਿ ਮੈਂ ਇਨਸ਼ਾ ਅੱਲਾਹ ਨਾਲ ਆਪਣੀ ਹੋਰ ਰੂਟੀਨ ਲਾਈਫ ਸ਼ੁਰੂ ਕਰਾਂ ਦੱਸੀ ਜਾਸਾਂ ਕਿ ਅਸੀਂ ਕੀ ਕੀ ਕੰਮ ਕਰੀ ਨੇ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰ ਲੱਗੇ ਮੈਂ ਹਾਲਾਤ ਕਿਸ ਤਰ੍ਹਾਂ ਜਾਣ ਲੱਗੇ ਫਿਰ ਵੀ ਬਹੁਤ ਸ਼ੁਕਰੀਆ ਤੁਹਾਡਾ ਇੱਕ ਦਫਾ ਦੁਬਾਰਾ ਸਾਡੇ ਮੁਲਕ ਪਾਕਿਸਤਾਨ ਕੀ ਇਸ ਮੁਸ਼ਕਲ ਹਾਲਾਤ ਵਿੱਚ ਬੜੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਪੂਰੇ ਬੱਚੇ ਜਿੰਨੇ ਵੀ ਹਨ ਪੂਰੇ ਪਾਕਿਸਤਾਨ ਦੇ ਤਾਲੀਮ ਵਿੱਚ ਬੜੇ ਪਿੱਛੇ ਜਾਂ ਅੱਗੇ ਹੀ ਕੌਣ ਸੇ ਹਾਲਾਤ ਤਾਂ ਹੋਰ ਹੀ ਭੁੱਖਾ ਹੋਇਆ ਕੀ ਕਰੀਏ ਫਸ ਜੇ ਗਏ ਅਸੀਂ ਐਡੇ ਸਾਡਾ ਮੁਲਕ ਐਡਾ ਤਰੱਕੀ ਵਾਲਾ ਤਾਂ ਹੋਇਆ ਕੋਈ ਕਿ ਬਹੁਤ ਜ਼ਿਆਦਾ ਤਾਲੀਮ ਵਿੱਚ ਹੈਗਾ ਮੈਂ ਲੇਕਿਨ ਫਿਰ ਵੀ ਬਹੁਤ ਸ਼ੁਕਰੀਆ ਜੀ ਅੱਗੇ ਅੱਗੇ ਤੁਹਾਡਾ ਫਿਰ ਗੱਲਬਾਤ ਕਰਾਂ ਸਾਡਾ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਲਾਜ਼ਮੀ ਕਰੋ ਐਸੇ ਕਰੋ ਜੀ ਕਿਵੇਂ ਜੀ ਐਸੇ ਸ਼ੀਮਾ ਸ਼ੀਮਾ ਐਸੇ ਕਰੋਗੇ ਇਹ ਲਓ ਜੀ ਨਾਰਾਜ਼ ਹੈ ਠੀਕ ਹੈ ਜੀ ਅੱਲਾ ਹਾਫਿਜ਼ ਜੀ